ਇਹੀ ਦੇਖਿਆ ਗਿਆ ਕਿ ਜਿਹੜੇ ਮੋਦੀ ਦੇ ਟੁਕੜ ਪੋਚ ਹੈ ਉਹ ਵਾਕਈ ਅੰਦਰ ਕੰਮ ਕਰਦੇ ਆ ਬਾਹਰ ਤੋਂ ਜਿੰਦਾ ਲਾ ਕੇ। ਲੇਕਿਨ ਇਹਨਾਂ ਨੂੰ ਬੰਦ ਕਰਾਇਆ ਗਿਆ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਾਰਿਆਂ ਵੱਲੋਂ ਸਾਂਝਾ। ਕੱਲ ਨੂੰ ਅੰਦਰ ਅੱਗ ਲੱਗ ਜਾਂਦੀ ਹੈ ਇਹਨਾਂ ਦਾ ਕੌਣ ਜ਼ਿੰਮੇਦਾਰ ਹੋਊਗਾ? ਪ੍ਰਸ਼ਾਸਨ ਜ਼ਿੰਮੇਦਾਰ ਹੋਊਗਾ, ਸਰ ਮੋਦੀ ਜ਼ਿੰਮੇਦਾਰ ਹੋਊਗਾ। ਇਹਨਾਂ ਨੇ ਕਿਸਾਨਾਂ ਨੂੰ ਕਹਿਣਾ ਵੀ ਕਿਸਾਨ ਜ਼ਿੰਮੇਦਾਰ ਆ, ਇਸ ਕਰਕੇ ਅਸੀਂ ਪੱਕੇ ਤੌਰ ਤੇ ਬੰਦ ਕਰਾਵਾਂਗੇ। ਜਿਹੜਾ ਕਿ ਜਦ ਸਾਡਾ ਮੋਦੀ ਸੈਂਟਰ ਦੁਸ਼ਮਣ ਹੈ, ਜਿਹੜਾ ਉਹਨਾਂ ਦਾ ਕੰਮ ਚਲਾਉਂਦਾ ਸੈਂਟਰ ਦਾ, ਇਹ ਰਿਲਾਇੰਸ ਦਾ ਕੰਮ ਚਲਾਉਂਦਾ, ਉਹ ਸਾਡਾ ਪੂਰਾ ਦੁਸ਼ਮਣ ਹੈ, ਪੂਰਾ ਦੁਸ਼ਮਣ। ਚਾਹੇ ਸਾਨੂੰ ਸਿਹਤੀ ਪਾਉਣੀ ਪਵੇ, ਜੋ ਮਰਜ਼ੀ ਪਾਉਣੀ ਪਵੇ, ਅਸੀਂ ਰਿਲਾਇੰਸ ਦਾ ਕੰਮ ਨਹੀਂ ਚੱਲਣ ਦੇਵਾਂਗੇ। ਸ਼ਟਰ ਖੋਲਿਆ ਗਿਆ, ਅੰਦਰ 7 ਬੰਦੇ ਕੰਮ ਕਰ ਰਹੇ ਹੈ ਜੀ, ਬਿਲਕੁਲ ਖੁੱਲਾ ਅੰਦਰ ਕੰਮ ਚੱਲ ਰਿਹਾ। ਤੇ ਅਸੀਂ ਜਿਹੜਾ ਇਹਦਾ ਵਿਰੋਧ ਕਰਦੇ ਹਾਂ, ਜਦੋਂ ਪੰਜਾਬ 'ਚ ਬੰਦ ਆ ਇਹ ਕਿਉਂ ਖੁੱਲਾ? ਖੁਦਾ ਨਾ ਖਾਸਤਾ ਲੋਕਾਂ 'ਚ ਗੁੱਸਾ ਬਹੁਤ ਆ, ਅਡਾਨੀਆਂ ਅਵਾਨੀਆਂ ਦੇ ਵਿਰੁੱਧ ਕੋਈ ਨਫਾ ਨੁਕਸਾਨ ਹੋ ਗਿਆ ਤਾਂ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਜਾਂ ਇਹਨਾਂ ਦੀ ਹੋਊਗੀ? ਰਿਲਾਇੰਸ ਦੇ ਮੂਹਰੇ ਨਾਰੇਬਾਜ਼ੀ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਪੂਰੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ ਰਿਲਾਇੰਸ ਦੇ ਕਾਰੋਬਾਰ ਬੰਦ ਕੀਤੇ, ਉਹ ਸ਼ਾਪਿੰਗ ਮਾਲ ਬੰਦ ਕੀਤੇ ਹੋਏ ਸੀ। ਪਰ ਸਾਨੂੰ ਬਾਹਰੋਂ ਦੁਕਾਨ ਵਾਲਿਆਂ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਸਵੇਰੇ ਸ਼ਾਪ ਖੋਲਦੇ, ਆਪਣੀ ਸਟੋਰ ਖੋਲ ਕੇ ਅੰਦਰ ਚਲੇ ਜਾਂਦੇ ਆ ਤੇ ਬਾਹਰੋਂ ਲੌਕ ਲਾ ਦਿੰਦੇ। ਜਦੋਂ ਅਸੀਂ ਆ ਕੇ ਅੱਜ ਦੇਖਿਆ ਤਾਂ ਵਾਕਿਆ ਹੀ ਇੱਥੇ ਰਿਲਾਇੰਸ ਦੇ ਅੰਦਰ ਕੰਮ ਚੱਲ ਰਿਹਾ ਸੀ, ਬਾਹਰੋਂ ਇਹਨਾਂ ਲੌਕ ਲਾਇਆ ਸੀ। ਅਸੀਂ ਤੁਹਾਡੇ ਮੀਡੀਆ ਦੇ ਥਰੂ ਦੱਸਣਾ ਚਾਹੁੰਦੇ ਹਾਂ ਕਿ ਅਗਰ ਕੋਈ ਹੋਰ ਕੋਈ ਘਟਨਾ ਹੋ ਜਾਂਦੀ ਹੈ ਉਹਦਾ ਕਿਸਾਨ ਜ਼ਿੰਮੇਵਾਰ ਨਹੀਂ ਹੋਊਗਾ, ਕਿਉਂਕਿ ਕੋਈ ਅੰਦਰ ਬਾਹਰੋਂ ਇਹਨਾਂ ਨੇ ਲੌਕ ਲਾਇਆ ਹੋਇਆ, ਅੰਦਰ ਕੰਮ ਚੱਲ ਰਿਹਾ, ਕਿਉਂਕਿ ਮਾੜਾ ਮੋਟਾ ਵੀ ਕੋਈ ਅੱਗ ਵਗੈਰਾ ਲੱਗ ਸਕਦੀ ਹੈ ਅੰਦਰ ਕਈ ਵਾਰ ਸ਼ਾਰਟ ਸਰਕਟ ਨਾਲ, ਤਾਂ ਬਾਹਰੋਂ ਲੌਕ ਲੱਗਿਆ ਹੋਣ ਕਰਕੇ ਉਹਦੀ ਜ਼ਿੰਮੇਵਾਰੀ ਕਿਹਦੀ ਆ? ਇਹ ਸਾਰਾ ਕਿਸਾਨਾਂ ਦੇ ਸਿਰ ਮੜਿਆ ਜਾਣਾ ਇਹਨਾਂ ਨੇ ਬਾਅਦ ਵਿੱਚ। ਇਸ ਕਰਕੇ ਅਸੀਂ ਅੱਜ ਇੱਥੇ ਆਏ ਸੀ ਤਾਂ ਸਾਡੇ ਨਾਲ ਸਾਰੇ ਸਾਥੀ ਆਏ ਹੋਏ ਆ, ਤੇ ਹੁਣ ਆਪਾਂ ਅਸੀਂ ਪੱਕੇ ਤੌਰ ਤੇ ਇੱਥੇ ਇਹਨਾਂ ਨੂੰ ਬੰਦ ਕਰਾ ਕੇ ਜਾਵਾਂਗੇ। ਨਹੀਂ ਬੁਲਾਇਆ ਜੀ, ਬੰਦ ਹੀ ਹੈ ਮਾਰਾ, ਠੀਕ ਹੈ, ਬਟ ਇਹ ਥੋੜਾ ਮੈਂਟੇਨੈਂਸ ਥਾ, ਇਨਕਾ ਐਕਚੁਅਲੀ ਕਿਆ ਹੋਇਆ ਤਾਂ ਮਾਰਾ ਸਰਵਰ ਡਾਊਨ ਹੋ ਗਿਆ ਥਾ, ਤੋ ਡੀਜੀ ਮੈਂ ਦੇ ਲੋ, ਦੇਖੋ ਮਕੈਨਿਕ ਵੀ ਆ ਰੱਖਿਆ ਬਾਹਰ ਸੇ, ਤੋ ਇਹ ਚੈੱਕ ਕਰਨੇ ਆਤੇ ਪਿਛਲੇ ਮੰਦਰ ਆਏ ਤੇ ਵੀ ਕਰਕੇ ਬਸ ਬਾਹਰ ਨਹੀਂ। ਕਿਸਾਨੋ ਦਾ ਕਹਿਣਾ ਰੋਜ਼ ਬੁਲਾ ਅੰਦਰ? ਨਹੀਂ ਰੋਜ਼ ਨਹੀਂ ਆਤੇ ਜੀ, ਰੋਜ਼ ਕੋਈ ਨਹੀਂ ਆਤਾ, ਕੋਈ ਨਹੀਂ ਆ ਰਹਾ, ਰੋਜ਼ ਕੋਈ ਨਹੀਂ ਆਤਾ, ਹਮ ਆਏ ਹੋਏ ਆ। ਅਗਰ ਜੈਸੇ ਅਗਰ ਸ਼ਟਰ ਬੰਦ ਕੀਤਾ ਤਾਂ ਅੰਦਰ 100 ਬਾਤ ਹੋ ਜਾਏ, ਆਗ ਲੱਗ ਜਾਏ, ਕੁਛ ਹੈ, ਕੌਣ ਜ਼ਿੰਮੇਵਾਰ ਇਸਕੇ ਲਈ? ਫਿਰ ਕਿਆ ਨਾਮ? ਨਹੀਂ ਸਰ, ਕਰਤੇ ਨਹੀਂ ਹਮ ਤੋ, ਦੋ ਅਭੀ ਨਿਕਲ ਹੀ ਜਾ ਰਹੇ ਥੇ, ਬਸ ਅਭੀ ਆਏ ਥੇ ਔਰ ਹੀ ਕਰਾ ਕਰਾ ਕੇ ਨਿਕਲ ਜਾ ਰਹੇ ਥੇ, ਆਤੇ ਨਹੀਂ ਨਾ ਮੈਂ, ਸੇਫਟੀ ਕਾ ਹਮ ਜ਼ਿਆਦਾ ਖਿਆਲ ਰੱਖਤੇ ਹੈਂ ਵੈਸੇ ਵੀ। ਨਹੀਂ, ਆਪਨੇ ਪੁਲਿਸ ਕੋ ਸੂਚਿਤ ਕੀਆ ਥਾ ਖੋਲਨੇ ਕੇ ਬਾਰੇ ਮੇਂ ਵੀ ਹਮ ਖੋਲ ਰਹੇ ਹੈਂ, ਪੁਲਿਸ ਕੋ ਸੂਚਿਤ ਕੀਆ ਥਾ? ਹਮਾਰਾ ਐਕਚੁਅਲੀ ਥੋੜਾ ਹੀ ਟਾਈਮ ਥਾ ਨਾ, ਥੋੜੇ ਦੇਰ ਕੇ ਲਈ ਕਰਨਾ ਥਾ, ਤੋ ਇਸ ਲਈ ਥਾ ਕਿ ਇਹ ਕਾਦੇ ਘੰਟੇ ਕੀ ਰੂਟੀਨ ਕਰਕੇ ਆਪਾਂ ਨਿਕਲ ਜਾਏਗੇ। ਬੈਠੇ ਸਭ ਤੋਂ ਬੰਦੇ ਅੰਦਰ ਸੀਗੇ ਜੀ, ਜਿਹੜੇ ਕਿਸਾਨਾਂ ਨੇ ਆਪਣਾ ਰੋਹ ਦਿਖਾਇਆ ਉਹਦੇ ਕਰਕੇ ਬੰਦ ਸੀਗੇ ਅੰਦਰ ਹੀ, ਇਹ ਚਲੇ ਗਏ ਹੁਣ, ਪਹੁੰਚ ਬਾਹਰ ਕੱਢਤੇ ਚਲੇ ਗਏ।